ਕਦੀ ਮਾਂ ਨੂੰ ਝਿੜਕ ਨਾ ਮਾਰਿਆ ਰੇ, ਕਦੀ ਮਾਂ ਨੂੰ ਦਾਬਾ ਨਾ ਮਾਰਿਆ ਰੇ, ਕਦੀ ਮਾਂ ਦਾ ਦਿਲ ਨਾ ਦੁਖਾਇਆ ਰੇ। ਹੋਏ ਮਾਂ ਦੀ ਕਦਰ ਪੁੱਛਣੀ ਆ ਹੁਸੈਨ ਇਬਨੇ ਅਲੀ ਨੂੰ ਪੁੱਛਿਆ ਰੇ, ਹੋਏ ਮਾਂ ਦੀ ਕਦਰ ਪੁੱਛਣੀ ਆ ਹਸਨ ਇਬਨੇ ਅਲੀ ਨੂੰ ਪੁੱਛਿਆ ਰੇ। ਹੋਏ ਡੇਰੇ ਵਾਲਿਓ ਜੁਮਲੇ ਸੁਣਿਆ ਰੇ, ਹੋਏ ਮੇਰੇ ਨਬੀ ਦੀ 6 ਸਾਲ ਦੀ ਉਮਰ ਹੈ, ਹਜ਼ੂਰ ਮਾਂ ਦੀ ਉਂਗਲ ਨਾ ਲੱਗੇ ਹੋਏ ਨੇ, ਰੱਬੇ ਕਾਬਾ ਦੀ ਕਸਮ ਹੈ ਰਾਏ ਸਾਹਿਬ ਜੁਮਲੇ ਸੁਣਿਆ ਰੇ। ਮਕਾਮੇ ਅਬਵਾ ਆ ਗਿਆ ਵੇ, ਮੇਰੇ ਨਬੀ ਦੀ ਮਾਂ ਜ਼ਮੀਨ ਤੇ ਬਹਿ ਗਈਆਂ ਨੇ, ਹਜ਼ੂਰ ਮਕਾਮੇ ਅਬਵਾ ਤੇ ਖੇਡ ਰਹੇ ਨੇ, ਅਚਾਨਕ ਜਨਾਬੇ ਅਮੀਨਾ ਲੇਟ ਗਈਆਂ ਨੇ। ਫਰਮਾਇਆ ਨੀ ਉਮੇ ਮਣਿਆਰ ਜੀ ਬੀਬੀ ਜੀ ਹੁਕਮ ਕਰਿਆ ਰੇ। ਹੋਏ ਮਾਵਾਂ ਦੀ ਸ਼ਾਨ ਵਿੱਚ ਸੁਣਨ ਆ ਲਿਓ, ਹੱਲਾ ਦੀ ਕਸਮੇ ਮਾਵਾਂ ਤੇ ਛਾਵਾਂ ਆਉਂਦੀਆਂ ਨੇ, ਹੋਏ ਮਾਵਾਂ ਤੇ ਵਿਹੜੇ ਦਾ ਸਕੂਨ ਆਉਂਦੀਆਂ ਨੇ, ਹੋਏ ਮਾਵਾਂ ਤੇ ਵਿਹੜੇ ਦਾ ਚੈਨ ਆਉਂਦੀਆਂ ਨੇ। ਬਾਬਰ ਸਾਹਿਬ ਕਿੰਨੇ ਵੀਰੋ ਕਿਵੇਂ ਤੂੰ ਮਾਵਾਂ ਮੰਗਦੀ ਹੋਣੀ ਏ, ਯਾ ਅੱਲਾ ਮੇਰੇ ਵੱਡੇ ਦੀ ਖੈਰ ਹੋਵੇ, ਯਾ ਅੱਲਾ ਮੇਰੇ ਛੋਟੇ ਦੀ ਖੈਰ ਹੋਵੇ। ਹੋਏ ਸਜਣਾ ਅੱਧੀ ਰਾਤ ਤੱਕ ਮਸੱਲੇ ਪਾ ਲੈਂਦੀਆਂ ਨੇ, ਮਸੱਲੇ ਪਾ ਕੇ ਰੋਂਦੀਆਂ ਰਹਿੰਦੀਆਂ ਨੇ, ਯਾ ਅੱਲਾ ਮੇਰੇ ਪਰਦੇਸੀਆਂ ਦੀ ਖੈਰ ਹੋਏ, ਯਾ ਅੱਲਾ ਮੇਰੇ ਪੁੱਤਰਾਂ ਦੀ ਖੈਰ ਹੋਏ, ਯਾ ਅੱਲਾ ਮੇਰੀਆਂ ਧੀਆਂ ਦੀ ਖੈਰ ਹੋਏ। ਹੋਏ ਸਜਣਾ ਮਾਵਾਂ ਜਦੋਂ ਮਰੀ ਜਾਂਦੀਆਂ ਨੇ, ਹੋਏ ਵਿਹੜੇ ਪੁੱਜੜ ਜਾਂਦੇ ਜੇ ਰਾਏ ਸਾਹਿਬ ਬਹਾਰਾਂ ਮੁੱਕ ਜਾਂਦੀਆਂ ਨੇ, ਹੋਏ ਵੀਰ ਵੀਰਾਂ ਤੂੰ ਜੁਦਾ ਹੋ ਜਾਂਦੇ ਨੇ, ਹੋਏ ਸੱਜਣ ਸੱਜਣਾ ਤੂੰ ਜੁਦਾ ਹੋ ਜਾਂਦੇ ਨੇ। ਹੋਏ ਕਦੀ ਬੀਵੀ ਦੀ ਅੱਖੇ ਲੱਗ ਗਏ, ਹੋਏ ਕਦੀ ਮਾਂ ਨੂੰ ਝਿੜਕ ਨਾ ਮਾਰਿਆ ਰੇ, ਹੋਏ ਕਦੀ ਮਾਂ ਨੂੰ ਦਾਬਾ ਨਾ ਮਾਰਿਆ ਰੇ, ਹੋਏ ਆਪਣੀ ਮਾਂ ਦੇ ਪੈਰ ਫੜ ਲਿਆ ਰੇ, ਹੋਏ ਆਪਣੀ ਮਾਂ ਦੇ ਹੱਥੀ ਜੰਮ ਲਿਆ ਰੇ। ਸੱਜਣਾ ਜਿਨ੍ਹਾਂ ਦੇ ਵਿਹੜੇ ਮਾਵਾਂ ਨਹੀਂ ਆਉਂਦੀਆਂ, ਉਹਨਾਂ ਦੀਆਂ ਈਦਾਂ ਵੀ ਰੋਂਦੀਆਂ ਲੰਘ ਜਾਂਦੀਆਂ ਨੇ। ਹੋਏ ਬਾਬਰ ਸਾਹਿਬ ਅੱਲਾ ਦੀ ਕਸਮ ਉਠਾ ਗਿਆ ਨਾ, ਅੱਜ ਤੇਰੀ ਬਰਾਦਰੀ ਵੀ ਬੈਠੀ ਹੈ, ਅੱਜ ਤੇਰੇ ਚਾਚੇ ਤਾਏ ਵੀ ਆਏ ਨੇ, ਅੱਜ ਤੇਰੇ ਵੀਰ ਵੀ ਬੈਠੇ ਹੋਏ ਨੇ, ਅੱਜ ਸਾਰਾ ਪਿੰਡ ਆਇਆ ਹੋਇਆ ਏ। ਹੋਏ ਆਪਣੀ ਮਾਂ ਦੀ ਦੁਆ ਲੈ ਲਿਆ ਰੇ, ਹੋਏ ਰੋ ਕੇ ਆਖਿਆ ਜੇ ਅੰਮੀ ਜੀ ਮੈਨੂੰ ਕੁਝ ਨਹੀਂ ਚਾਹੀਦਾ, ਅੰਮੀ ਜੀ ਮੈਨੂੰ ਜ਼ਮੀਨਾਂ ਨਹੀਂ ਚਾਹੀਦੀਆਂ, ਅੰਮੀ ਜੀ ਮੈਨੂੰ ਹਵੇਲੀਆਂ ਨਹੀਂ ਚਾਹੀਦੀਆਂ, ਇੱਕ ਵਾਰੀ ਪੁੱਤਰ ਵਾਸਤੇ ਦੁਆ ਕਰਿਆ ਰੇ। ਹੋਏ ਸੱਜਣਾ ਜਿਨ੍ਹਾਂ ਦੇ ਪਿੱਛੇ ਮਾਵਾਂ ਦੀਆਂ ਦੁਆਵਾਂ ਆਉਂਦੀਆਂ ਨੇ, ਹੋਏ ਮੈਂ ਬੜੇ ਬੜੇ ਡੁੱਬਦੇ ਦਰਦੇ ਵੇਖੇ ਨੇ, ਹੋਏ ਜਿਨ੍ਹਾਂ ਪਿੱਛੇ ਮਾਂ ਦੀ ਦੁਆ ਆਉਂਦੀ ਹੈ, ਹੋਏ ਜਿਨ੍ਹਾਂ ਪਿੱਛੇ ਪਿਓ ਦੀ ਦੁਆ ਆਉਂਦੀ ਹੈ। ਹਜ਼ਰਾ ਜੁਮਲੇ ਸੁਣਿਆ ਰੇ, ਹੇ ਮੇਰੇ ਨਬੀ ਦਾ ਫਰਮਾਨ ਸੁਣ ਜਾਇਆ ਰੇ, ਮੇਰੇ ਨਬੀ ਨੇ ਫਰਮਾਇਆ ਮਾਂ ਦਿਆਂ ਪੈਰਾਂ ਥੱਲੇ ਜੰਨਤ, ਅੱਜ ਬੀਵੀ ਦੇ ਸਾਹਮਣੇ ਮਾਂ ਨੂੰ ਝਿੜਕ ਮਾਰੀ ਆ, ਅੱਜ ਬੀਵੀ ਦੇ ਸਾਹਮਣੇ ਪਿਓ ਨੂੰ ਝਿੜਕ ਮਾਰੀ ਆ, ਸਾਰੀ ਰਾਤ ਤੇਰਾ ਬਾਪ ਡੇਰੇ ਤੇ ਰੋਂਦਾ ਰਿਹਾ ਹੈ। ਹਾਂ ਮੌਲਾ ਮੈਂ ਬੜੇ ਔਖੇ ਜਵਾਨ ਕੀਤੇ ਨੇ, ਯਾ ਅੱਲਾ ਮੇਰੇ ਪੁੱਤਰ ਮੈਨੂੰ ਦਾਬੇ ਪੇ ਮਾਰ ਦੇਣੇ, ਯਾ ਅੱਲਾ ਮੇਰੇ ਪੁੱਤਰ ਮੈਨੂੰ ਝਿੜਕਾਂ ਪੇ ਮਾਰ ਦੇਣੇ। ਹੋਏ ਸੱਜਣਾ ਬੀਵੀਆਂ ਨੂੰ ਰਾਜ਼ੀ ਕਰ ਲਿਆ, ਆਪਣੀ ਮਾਂ ਨੂੰ ਨਾਰਾਜ਼ ਕਰ ਲਿਆ, ਮੈਂ ਨੇੜੇ ਲੈ ਗਿਆ ਤਕਰੀਰ ਛੱਡਣ ਲੱਗਾ ਜੁਮਲੇ ਸੁਣਿਆ ਰੇ, ਆਪਣੀ ਮਾਂ ਨੂੰ ਨਾਰਾਜ਼ ਕਰ ਲਿਆ, ਆਪਣੇ ਬਾਪ ਦੀ ਬਦਦੁਆ ਲੈ ਲਈਆ। ਹੋਏ ਮੈਂ ਬੜੇ ਬੜੇ ਚੌਧਰੀ ਰੁਲਦੇ ਵੇਖੇ ਨੇ, ਹੋਏ ਮੈਂ ਬੜੇ ਬੜੇ MNA ਰੁਲਦੇ ਵੇਖੇ ਨੇ, ਹੋਏ ਜਿਨ੍ਹਾਂ ਨੇ ਮਾਂ ਨੂੰ ਸਤਾਇਆ ਰੇ, ਹੋਏ ਜਿਨ੍ਹਾਂ ਨੇ ਪਿਓ ਨੂੰ ਦੁੱਖ ਦਿੱਤਾ ਰੇ। ਆਂਦਾ ਅੱਬਾ ਹਵੇਲੀ ਮੇਰੇ ਨਾਂ ਕਰਵਾ, ਅੱਬਾ ਹਵੇਲੀਆਂ ਮੇਰੇ ਨਾਂ ਕਰਵਾ। ਮੈਂ ਕਿਹਾ ਸੱਜਣਾ ਹਵੇਲੀਆਂ ਤੇਰੀਆਂ ਰਹਿ ਜਾਣੀਆਂ ਨੇ, ਇਸ ਬਾਪ ਨੇ ਤੇਰੇ ਵਿਹੜੇ ਨਹੀਂ ਆਉਣਾ, ਇਸ ਮਾਂ ਨੇ ਤੇਰੇ ਵਿਹੜੇ ਨਹੀਂ ਆਉਣਾ। ਹੋਏ ਹਵੇਲੀਆਂ ਵੀ ਮਾਲਕ ਤੋਂ ਬਣ ਜਾਏਗਾ, ਤੇਰਿਆਂ ਦਾ ਮਾਲਕ ਤੋਂ ਬਣ ਜਾਏਗਾ। ਹੋਏ ਅਸੀਂ ਆਪਣੇ ਬਜ਼ੁਰਗ ਹੱਥਾਂ ਨਾਲ ਦਫ਼ਨ ਕਰਕੇ ਆ ਗਏ ਹਾਂ, ਹੋਏ ਜ਼ਮੀਨਾਂ ਵੀ ਛੱਡ ਕੇ ਤੁਰ ਗਏ ਨੇ, ਹਵੇਲੀਆਂ ਵੀ ਛੱਡ ਕੇ ਤੁਰ ਗਏ ਨੇ, ਹੋਏ ਮਾਲ ਡੰਗਰ ਵੀ ਛੱਡ ਕੇ ਤੁਰ ਗਏ ਨੇ। ਅੱਲਾ ਦੀ ਕਸਮ
ਮੈਂ ਰੋਣ ਵਾਲਿਆ ਹੈ ਜਿਹਨੇ ਮਾਂ ਨੂੰ ਰੁਲਾਇਆ ਰੇ ਹੁਣੇ ਸੁੱਖ ਕਦੀ ਨਹੀਂ ਪਾਇਆ ਰੇ ਹੈ ਜਿਹਨੇ ਪਿਓ ਨੂੰ ਸਤਾਇਆ ਰੇ ਹੁਣੇ ਸੁੱਖ ਕਦੀ ਨਹੀਂ ਪਾਇਆ ਰੇ ਸਾਰਾ ਪਿੰਡ ਇੱਕ ਪਾਸੇ ਹੋ ਜਾਏ ਆਪਣੇ ਪਿਓ ਦੀ ਕੰਡ ਨਾ ਲੱਗਣ ਦਿਆ ਰੇ ਤੇਰੀ ਬਰਾਦਰੀ ਇੱਕ ਪਾਸੇ ਹੋ ਜਾਏ ਆਪਣੇ ਵੱਡੇ ਵੀਰ ਦੀ ਕੰਡ ਨਾ ਲੱਗਣ ਦਿਆ ਰੇ ਆਪਣੇ ਬਾਪ ਦੀ ਬੇਇੱਜ਼ਤੀ ਨਾ ਹੋਣ ਦਿਆ ਰੇ ਆਖਿਆ ਜੇ ਅੱਬਾ ਜੀ ਅਸੀਂ ਤੁਹਾਡੇ ਨਾਲ ਅੱਬਾ ਜੀ ਜਿੱਥੇ ਆਖੋਗੇ ਪੁੱਤਰ ਖਲੋ ਜਾਣਗੇ ਅੱਬਾ ਜੀ ਜਿੱਥੇ ਆਖੋਗੇ ਨਾਲ ਟੁਰ ਜਾਵਾਂਗੇ ਸਜਣਾ ਆਲਲ ਐਲਾਨ ਸੁਲਤਾਨੀ ਕਹਿ ਰਿਹਾ ਏ ਹੈ ਜਿੰਨੇ ਮਾਂ ਨੂੰ ਸਤਾਇਆ ਇੱਥੇ ਸੁਣੀ ਯਾਰ ਮੈਂ ਛੱਡਣ ਲੱਗਾ ਜੁਮਲੇ ਵੱਡੇ ਨਹੀਂ ਹੈ ਜਿੰਨੇ ਮਾਂ ਨੂੰ ਸਤਾਇਆ ਹੈ ਦਿਲ ਪਿਓ ਦਾ ਦੁਖਾਇਆ ਹਜੇ ਵੱਡੇ ਵੱਡੇ ਬੰਦੇ ਉਹ ਜੁਮਲੇ ਜ਼ਾਇਆ ਨਾ ਕਰ ਜਾਇਆ ਰੇ ਹੈ ਜਿੰਨੇ ਮਾਂ ਨੂੰ ਸਤਾਇਆ ਹੈ ਦਿਲ ਪਿਓ ਦਾ ਦੁਖਾਇਆ ਹੈ ਨਾ ਦੋਵਾਂ ਨੂੰ ਰੁਲਾਇਆ ਉਹਨੇ ਅਰਸ਼ ਹਿਲਾਇਆ ਫੜ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਫੜ ਖੋਲ ਕੇ ਕੁਰਾਨ ਇੱਧਰ ਵੇਖੋ ਯਾਰ ਫੜ ਖੋਲ ਕੇ ਕੁਰਾਨ ਰੱਬੀ ਰਹਿਮ ਹਮਾ ਕਮਾ ਰੱਬਾ ਯਾਨੀ ਸਗੀਰਾ ਫੜ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਰੱਬਾ ਨਗ ਫਿਰਲੀ ਵਾਲੀ ਵਾਲੀ ਦਈਆ ਵਾਲੀ ਵਾਲੀ ਦਈਆ ਉਹਨਾਂ ਤੀਆਂ ਨੂੰ ਪੁੱਛੋ ਜਿਨ੍ਹਾਂ ਦੀਆਂ ਮਾਵਾਂ ਵੇੜੇ ਕੋਈ ਨਹੀਂ ਉਹਨਾਂ ਤੀਆਂ ਨੂੰ ਪੁੱਛੋ ਛੇੜੀਆਂ ਡਰ ਦੇ ਬਾਰੇ ਮਾਂ ਦੇ ਵੇੜੇ ਨਹੀਂ ਆਉਂਦੀਆਂ ਪਤਾ ਨਹੀਂ ਪਰਜਾਈਆਂ ਕੋਈ ਗੱਲ ਨਾ ਕਰ ਦੇਣ ਪਤਾ ਨਹੀਂ ਵੀਰ ਕੋਈ ਗੱਲ ਨਾ ਕਰ ਦੇਣ ਸਜਣਾ ਮਾਵਾਂ ਨਾਲ ਬੜੀਆਂ ਰੌਣਕਾਂ ਆਉਂਦੀਆਂ ਨੇ ਜਿਸ ਵੇੜੇ ਮਾਂ ਆਉਂਦੀ ਏ ਵੱਡਾ ਵੀਰ ਵੀ ਉੱਥੇ ਹੀ ਆਉਂਦਾ ਏ ਛੋਟਾ ਵੀਰ ਵੀ ਉੱਥੇ ਹੀ ਆਉਂਦਾ ਏ ਫੁੱਫੀਆਂ ਵੀ ਉੱਥੇ ਹੀ ਆਉਂਦੀਆਂ ਨੇ ਚਾਚੇ ਵੀ ਉੱਥੇ ਹੀ ਆਉਂਦੇ ਨੇ ਭਾਈ ਸੱਜਣਾ ਵੱਡਾ ਵੇੜਾ ਉਹਦਾ ਆਉਂਦਾ ਰੇ ਜਿਹਦੇ ਵੇੜੇ ਮਾਂ ਪਿਓ ਆਉਂਦਾ ਏ ਹੈ ਵੱਡਾ ਘਰ ਉਹਦਾ ਆਉਂਦਾ ਰੇ ਜਿਹਦੇ ਵੇੜੇ ਮਾਂ ਦੀ ਮੰਜੀ ਆਉਂਦੀ ਏ ਜਿਹਦੇ ਵੇੜੇ ਬਾਪ ਦੀ ਮੰਜੀ ਆਉਂਦੀ ਏ ਹੈ ਰੋਣ ਵਾਲੇ ਜੁਮਲੇ ਸੁਣ ਜਾਇਆ ਰੇ ਅਗਲੇ ਦਿਨ ਮੈਨੂੰ ਸੋਦੀਆਂ ਤੋਂ ਫੋਨ ਕਰਕੇ ਰੋਂਦਾ ਏ ਕਹਿੰਦਾ ਕਾਰੀ ਤੇਰੀਆਂ ਤਕਰੀਰਾਂ ਸੁਣ ਕੇ ਸਾਰੀ ਰਾਤ ਰੋਇਆ ਮੈਂ ਕਿਹਾ ਬੱਚਿਆ ਕੀ ਬਣ ਗਿਆ ਵੇ ਕਹਿੰਦਾ ਸੁਲਤਾਨੀ ਸਾਹਿਬ ਮੇਰੀ ਮਾਂ ਮੁੱਕ ਗਈ ਜੇ ਹੋਏ ਮੈਂ ਪਰਦੇਸਾਂ ਵਿੱਚ ਮਾਂ ਦੇ ਜਨਾਜ਼ੇ ਤੇ ਨਹੀਂ ਜਾ ਸਕਿਆ ਹੋਏ ਮੈਂ ਆਪਣੀ ਮਾਂ ਨੂੰ ਕੰਧਾ ਨਹੀਂ ਦੇ ਸਕਿਆ ਰਾਏ ਸਾਹਿਬ ਇਕੱਲਾ ਕਮਰੇ 'ਚ ਬਹਿ ਕੇ ਰੋ ਰਿਹਾ ਏ ਕੋਈ ਤਸੱਲੀਆਂ ਦੇਣ ਵਾਲਾ ਕੋਈ ਨਹੀਂ ਕੋਈ ਸੀਨੇ ਲਾਉਣ ਵਾਲਾ ਕੋਈ ਨਹੀਂ ਕੋਈ ਮੱਥਾ ਚੁੰਮ ਕੇ ਕਹਿਣ ਵਾਲਾ ਕੋਈ ਨਹੀਂ ਬੱਚਿਆ ਸਬਰ ਕਰ ਕੋਈ ਗੱਲ ਨਹੀਂ ਕਹਿੰਦਾ ਰਾਤ ਪੂਰੀ ਰੋਇਆ ਵਾਂ ਆਪਣੀ ਮਾਂ ਨੂੰ ਆਉਂਦਾ ਰਿਹਾ ਵਾਂ ਹਮਾਂ ਬੜੀ ਜਲਦੀ ਕਰ ਲਈ ਆਓ ਹਮਾਂ ਪੁੱਤਰ ਪਰਦੇਸਾਂ ਵਿੱਚ ਰੁੱਲ ਗਏ ਨੇ ਹੰਮੀ ਜੀ ਤੁਸੀਂ ਵੇੜਾ ਛੱਡ ਗਏ ਹੋ ਹੈ ਮਾਰੇ ਜਾਨ ਜਿਨ੍ਹਾਂ ਦੀਆਂ ਮਾਵਾਂ ਹਾਏ ਹਾਏ ਹੈ ਮਾਰੇ ਜਾਨ ਜਿਨ੍ਹਾਂ ਦੀਆਂ ਮਾਵਾਂ ਇੱਧਰ ਸੁਣੀ ਯਾਰ ਮਾਂ ਵਾਲਾ ਏ ਹੈ ਮਾਰੇ ਜਾਨ ਜਿਨ੍ਹਾਂ ਦੀਆਂ ਮਾਵਾਂ ਉਹਨੂੰ ਦੇ ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਉਠਾ ਕੇ ਹਾਂ ਇਹਨਾਂ ਸਦਾ ਤੇਰੇ ਵੇੜੇ ਨਹੀਂ ਰਹਿਣਾ ਫਿਰ ਬਾਪ ਦੀ ਕਬਰ ਤੇ ਰੋਵੇਂਗਾ ਫਿਰ ਮਾਂ ਦੀ ਕਬਰ ਤੇ ਇਹ ਮਾਂ ਹੁਣ ਆ ਸਕਦੀ ਹੈ ਜਿੰਨਾ ਮਰਜ਼ੀ ਵੀ ਜ਼ੋਰ ਲਾ ਲੈ ਲੱਖਾਂ ਰੁਪਏ ਖਰਚ ਕਰ ਲਓ ਮਾਂ ਨਹੀਂ ਆਏਗੀ
ਪਰ ਬਾਬਾ ਜੀ ਜਿੰਨਾ ਮਾਂ ਪਿਓ ਦੀ ਦੁਆ ਲੈ ਲਈ ਹੈ ਨਾ, ਉਹ ਡੁੱਬਦੇ ਵੀ ਹੋਣ ਤੇ ਅੱਲਾ ਉਹਨਾਂ ਨੂੰ ਤਾਰ ਛੱਡਦਾ। ਜਿਹਦੇ ਪਿੱਛੇ ਮਾਂ ਪਿਓ ਦੀ ਦੁਆ ਹੋਵੇ ਉਹ ਨਹੀਂ ਡਰਦੇ, ਉਹ ਨਹੀਂ ਝੱਕਦੇ। ਮੈਂ ਬੜੇ ਬੜੇ ਬੰਦੇ ਵੇਖੇ ਜਵਾਬ ਜੀ, ਗਰੀਬ ਤੋਂ ਅੱਲਾ ਨੇ ਇੰਜ ਰੰਗ ਲਾਏ ਨੇ, ਜਿਹਨਾਂ ਵਿੱਚ ਮੈਂ ਲਾਹੌਰ ਤਕਰੀਰ ਕੀਤੀ ਜੁਮਲੇ ਸੁਣਿਆ ਬਾਬਾ ਜੀ। ਬੜਾ ਗਰੀਬ ਬੰਦਾ ਸੀ, ਕਹਿੰਦਾ ਕਾਰੀ ਸਾਹਿਬ ਐ ਮੇਰੇ ਵਹਿੰਦੇ ਪਏ, ਦੋ ਫੈਕਟਰੀਆਂ ਨੇ ਮੇਰੀਆਂ, ਚਾਰ ਗੱਡੀਆਂ ਨੇ ਮੇਰੇ ਗਰਾਜ। ਮੈਂ ਕਿਹਾ ਚੌਧਰੀ ਜੀ ਤੁਸੀਂ ਪੜ੍ਹੇ ਦੇਖੇ ਤੇ ਕਲਾਸ ਵੀ ਨਹੀਂ ਤੇ ਹੈ ਕਿ ਇਹ ਰੰਗ ਲੱਗ ਗਏ ਨੇ। ਮੈਨੂੰ ਕਹਿਣ ਲੱਗਾ ਸੁਲਤਾਨੀ ਸਾਹਿਬ ਸ਼ਾਮ ਨੂੰ ਮੇਰੇ ਵਾਕਫ ਸਨ, ਸ਼ਾਮ ਨੂੰ ਤੁਹਾਨੂੰ ਦੱਸਾਂਗਾ ਮੈਂ, ਠੀਕ ਹੈ। ਬਾਬਾ ਜੀ ਮੈਨੂੰ ਲੈ ਕੇ ਕਬਰਸਤਾਨ ਤੁਰ ਗਿਆ। ਉਹਨੇ ਜਾ ਕੇ ਨਾ ਪਹਿਲਾਂ ਪੈਰਾਂ ਵਾਲੀ ਸਾਈਡ ਤੋਂ ਮਾਂ ਦੀ ਕਬਰ ਚੁੰਮੀ। ਤੁਹਾਡੇ ਵਿੱਚੋਂ ਕਿਹੜਾ ਜਿਹੜਾ ਮਾਂ ਦੀ ਕਬਰ ਚੁੰਮਦਾ? ਜਿਹੜੇ ਨਹੀਂ ਚੁੰਮਦੇ ਉਹ ਚੁੰਮੇ ਹੋ, ਅੱਲਾ ਦੀ ਕਸਮ ਗੱਲ ਵੱਡੀ ਦੇਣ ਲੱਗਾ ਜੀ। ਓਏ ਕਬਰ ਵਿੱਚ ਵੀ ਮਾਂ ਹੋਵੇ ਤੇ ਉੱਥੇ ਵੀ ਪੈਰ ਸਮਝ ਕੇ ਚੁੰਮ ਲਈ, ਅੱਲਾ ਤੈਨੂੰ ਉੱਥੇ ਵੀ ਅਜਰ ਅਤਾ ਫਰਮਾਏਗਾ। ਤੇ ਜੇ ਬਾਪ ਦੀ ਕਬਰ ਤੇ ਜਾਵੇ ਤੇ ਬਾਪ ਦਾ ਮੱਥੇ ਵਾਲੀ ਸਾਈਡ ਤੋਂ ਮੂੰਹ ਵਾਲੀ ਸਾਈਡ ਤੋਂ ਕਬਰ ਚੁੰਮੀ ਤੇ ਮਾਂ ਦੀ ਕਿਧਰੋਂ ਕਿਧਰੋਂ ਪੈਰਾਂ ਵਾਲੂ ਕਿਧਰੋਂ ਬੋਲਿਓ ਯਾਰ, ਮਾਂ ਦੀ ਪੈਰਾਂ ਵਾਲੂ ਤੇ ਬਾਪ ਦੀ ਸਿਰ ਵਾਲੂ ਕਬਰ ਚੁੰਮੀ ਤੇ ਰੋ ਕੇ ਆਖੀ, ਮਾਏ ਜਦੋਂ ਦੀ ਟੁਰ ਗਈ ਹੈ ਇਸ ਗਰੀਬ ਨੂੰ ਕਿਸੇ ਨੇ ਪੁੱਛਿਆ? ਰਾਏ ਸਾਹਿਬ ਜਿਹੜਾ ਮਾੜਾ ਪੁੱਤਰ ਹੁੰਦਾ ਨਾ, ਮਾੜਾ ਸਾਰੇ ਇੱਕ ਜੈਸੇ ਤੇ ਨਹੀਂ ਹੁੰਦੇ ਭਰਾ, ਕਈ ਤਗੜੇ ਹੋ ਜਾਂਦੇ ਕਈ ਮਾੜੇ ਰਹਿ ਜਾਂਦੇ ਨੇ। ਮੇਰੀ ਗੱਲ ਸੁਣ ਨਾ ਭਾਈ, ਜ਼ਿੰਦਗੀ ਦਾ ਪਤਾ ਕੋਈ ਨਹੀਂ ਅੱਗੋਂ ਆਉਣਾ ਕਿ ਨਹੀਂ ਆਉਣਾ। ਜਿਹੜਾ ਮਾੜਾ ਧੀ ਪੁੱਤਰ ਹੁੰਦਾ ਨਾ ਬਾਬਾ ਜੀ, ਮਾਂ ਪਿਓ ਦਾ ਜ਼ਿਆਦਾ ਖਿਆਲ ਕਰਦਾ ਜੀ, ਮਾਂ ਉਹਦਾ ਜ਼ਿਆਦਾ ਖਿਆਲ ਕਰਦੀ। ਚੋਰੀ ਪੈਸੇ ਦੇਵੇਗੀ, ਭਰਾਵਾਂ ਨੇ ਖਰਚਾ ਦਿੱਤਾ ਨਾ ਅੰਮਾ ਨੂੰ, ਅੰਮਾ ਕੋਲ ਰੱਖ 10,000 ਰੁਪਿਆ, ਕੋਲ ਰੱਖੀ ਕੋਈ ਚੀਜ਼ ਖਾ ਲਈ। ਮੈਂ ਅਜ਼ਮਾਈਆਂ ਗੱਲਾਂ ਤੁਰਨਾ ਕਰਨਾ ਪਿਆ, ਇੱਧਰ ਉੱਧਰ ਦੀ ਗੱਲ ਨਹੀਂ ਮੈਂ ਕਰਦਾ। ਮਾਂ ਪਤਾ ਕੀ ਆਖੇਗੀ ਆਪਣੇ ਪੋਤਰੇ ਨੂੰ? ਆਖੇਗੀ ਪੁੱਤਰਾ ਜੀ ਦਾਦੀ, ਇਹ ਚਾਚਾ ਕਿਤੇ ਲੱਭਾ ਤੁਹਾਨੂੰ ਆਖੀ, ਤੁਹਾਨੂੰ ਦਾਦੀ ਵੀ ਸੱਦੀ ਸੀ। ਗੱਲ ਸੁਣਿਓ ਨਾ, ਚਾਚਾ ਕਿਤੇ ਲੱਭਾ ਤੇ ਉਹਨੂੰ ਆਖੀ, ਅੰਮਾ ਵੀ ਸੱਦੀ ਸੀ। ਚਾਚਾ ਕੰਮ ਤੁਹਾਰਾ ਬਾਬਾ ਜੀ, ਮਾੜਾ ਸੀ ਨਾ, ਔਲਾਦ ਵੀ ਸੀ, ਮਿਹਨਤ ਵੀ ਕਰਦਾ ਸੀ, ਲੇਕਿਨ ਉਂਝ ਨਿਜ਼ਾਮ ਨਹੀਂ ਸੀ ਚੱਲਦਾ ਹੈ ਬਾਬਾ ਜੀ। ਬੜੇ ਔਖੇ ਨਿਜ਼ਾਮ ਚਲਾਉਣੇ ਹੋ ਗਏ ਨੇ, ਰੱਬੇ ਕਾਬਾ ਦੀ ਕਸਮ, ਜੋ ਕੋਈ ਭੈਣਾ ਭਰਾ ਗਰੀਬ ਹੈ ਨਾ ਉਹਦੇ ਸਿਰ ਤੇ ਹੱਥ ਰੱਖ। ਸਾਡੇ ਪਿੰਡਾਂ ਥਾਵਾਂ 'ਚ ਬੜੀ ਚੀਜ਼ ਹੈ ਬਾਬਾ ਜੀ, ਮੈਂ ਵੀ ਪਿੰਡ ਥਾਂ ਦਾ, ਮੈਨੂੰ ਚੀਜ਼ਾਂ ਦਾ ਪਤਾ। ਸੱਕੇ ਚਾਚੇ ਦੇ ਪੁੱਤਰ ਤੇ ਸੱਕੇ ਭਰਾ ਦੇ ਪੁੱਤਰ, ਜਦੋਂ ਭਰਾ ਦੇ ਨਾਲ ਦੀਵਾਰ ਬਣਾ ਕੇ ਮਕਾਨ ਬਣਾਉਂਦੇ ਨੇ ਤੇ ਮਿਸਤਰੀ ਨੂੰ ਪਤਾ ਕੀ ਆਉਂਦੇ ਨੇ? ਦੋ ਰੱਦ ਉੱਤੇ ਰੱਖਣੇ ਨੇ। ਮੈਂ ਝੂਠ ਨਹੀਂ ਪਿਆ ਬੋਲਦਾ ਬਾਬਾ ਜੀ, ਹੱਥ ਕੱਢ ਕਰਕੇ ਆਖੋ ਐਂਜੀ, ਦੋ ਰੱਦੇ ਜ਼ਰਾ ਉੱਤੇ, ਬਨੇਰਾ ਜ਼ਰਾ ਉੱਚਾ ਕਰਨਾ ਹੀ। ਉਹਨੇ ਕਿਹਾ ਉਹ ਕਿਉਂ? ਉਹ ਭਰਾ ਤੂੰ ਮਕਾਨ ਉੱਚਾ ਹੀ ਹੋਣਾ ਚਾਹੀਦਾ, ਸੱਕਿਆਂ ਭਰਾਵਾਂ ਨਾਲ, ਚਾਚੇ ਦੇ ਪੁੱਤਰਾਂ ਨਾਲ। ਬਾਬਾ ਨਹੀਂ, ਇੱਧਰ ਵੇਖੋ, ਆਕੜ ਅੱਲਾ ਨੂੰ ਪਸੰਦ ਨਹੀਂ, ਗਰੂਰ ਅੱਲਾ ਨੂੰ ਪਸੰਦ ਨਹੀਂ। ਬੜੀ ਵੱਡੀ ਗੱਲ ਪਿਆ ਦਿੰਦਾ ਤਬਲੀਗ ਜੇ, ਤਕੱਬਰ ਅੱਲਾ ਨੂੰ ਪਸੰਦ। ਮੈਂ ਬੜੇ ਬੜੇ ਗੱਡੀਆਂ ਵਾਲੇ ਖੋਤੀ ਰੇੜੀ ਤੇ ਆਉਂਦੇ ਵੇਖੇ ਜੇ, ਕਸਮ ਖੁਦਾ ਦੀ ਆਪਣੀ ਜ਼ਿੰਦਗੀ 'ਚ, ਜਿਹਨਾਂ ਤਕੱਬਰ ਕੀਤਾ, ਜਿਹਨਾਂ ਗਰੂਰ ਕੀਤਾ। ਸਾਡੇ ਨਾਲ ਦਾ ਚੌਧਰੀ ਕੌਣ ਹੈ ਪਿੰਡ 'ਚ? ਸਾਡੇ ਨਾਲ ਦਾ ਖਾਂਦਾ ਪੀਂਦਾ ਕੌਣ ਹੈ? ਰੱਬੇ ਕਾਬਾ ਦੀ ਕਸਮੇ ਬਾਬਾ, ਜੁਮਲੇ ਸੁਣਿਓ, ਜੇ ਅੱਲਾ ਨੇ ਤੈਨੂੰ ਨਵਾਜ਼ਿਆ ਤੇ ਛੋਟਿਆਂ ਭਰਾਵਾਂ ਤੇ ਚਾਚੇ ਦੇ ਪੁੱਤਰਾਂ ਤੇ ਸ਼ਫਕਤ ਕਰ, ਕਿਸੇ ਦੀ ਧੀ ਦੀ ਸ਼ਾਦੀ ਕਰਵਾ ਦੇ ਤੇ ਫਿਰ ਰੋਲਾ ਨਾ ਬਾਪ ਜਹੇਜ਼ ਦਾ ਸਮਾਨ ਮੈਂ ਦਿੱਤਾ, ਜਿਹਦੇ ਵਾਸਤੇ ਕੀਤਾ ਉਹ ਜਾਣਦਾ। ਅੱਲਾ ਉਹਨਾਂ ਨੂੰ ਰੰਗ ਲਾਉਂਦਾ ਜੇ, ਬਾਬਰ ਸਾਹਿਬ ਅੱਲਾ ਦੀ ਕਸਮ, ਅੱਲਾ ਉਹਨਾਂ ਨੂੰ ਰੰਗ ਲਾਉਂਦਾ ਜੇ ਜਿਹੜਾ ਗਰੀਬ ਭੈਣਾਂ ਭਰਾਵਾਂ ਦੇ ਸਿਰ ਤੇ ਹੱਥ ਰੱਖਦਾ, ਜਿਹੜਾ ਉਹਨਾਂ ਨੂੰ ਜਲੀਲ ਨਹੀਂ ਕਰਦਾ, ਜਲੀਲ ਹੁੰਦੇ ਵੀ ਉਹਨਾਂ ਨੂੰ ਸੀਨੇ ਲਾ ਲੈਂਦਾ, ਅੱਲਾ ਉਹਨਾਂ ਦੇ ਰਿਜ਼ਕ ਦੇ ਦਰਵਾਜ਼ੇ ਖੋਲ ਛੱਡਦਾ, ਅੱਲਾ ਕਰਮ ਦੇ ਦਰਵਾਜ਼ੇ ਖੋਲ ਛੱਡਦਾ। ਬਾਬਾ ਜੁਮਲੇ ਸੁਣਿਓ, ਗੱਲ ਬੜੀ ਵੱਡੀ ਜੇ, ਜੇ ਤੇਰਾ ਬਾਪ ਹੈ ਨਾ ਤੇ ਬਾਪ ਨੂੰ ਪੁੱਛਿਆ ਕਰ ਸ਼ਾਮ ਨੂੰ ਕੰਮ ਤੋਂ ਆਵੇਂ ਅੱਬੇ ਦੇ ਕੋਲ ਬਹਿ, ਅੱਬਾ ਜੀ ਮੇਰੀ ਬੁੱਢੀ ਨੇ ਕੋਈ ਗਲਤ ਨਹੀਂ ਕੀਤੀ,
ਅੱਜ ਪਤਾ ਕੀ ਆਂਦੇ ਨੇ, ਅੱਬੇ ਨੂੰ ਮੈਂ ਪੁੱਛ ਨਹੀਂ ਲੈਂਦਾ ਅੱਬੇ ਨੇ ਮੇਰੀ ਬੁੱਢੀ ਨਾਲ ਗੱਲ ਕੀਤੀ, ਹੈਂ ਅੰਮਾ ਨੂੰ ਮੈਂ ਗੱਲ ਨਹੀਂ ਕਰ ਲੈਂਦਾ ਵੀ ਅੰਮਾ ਮੇਰੀ ਬੁੱਢੀ ਨੂੰ ਸਤਾਵੇ, ਉਹ ਮੈਂ ਕਿਹਾ ਤੇਰੀ ਬੁੱਢੀ ਹੁਣ ਆਈ ਏ 20 ਸਾਲ ਤੋਂ ਤੇਰੀ ਖਿਦਮਤ ਤੇ ਕਰਦੇ ਨੇ, ਬਾਬਾ ਜੀ ਮਾਂ ਪਿਓ ਨੇ ਸਾਰੀ ਜ਼ਿੰਦਗੀ ਕਿਹਦੇ ਵਾਸਤੇ ਗੁਜ਼ਾਰੀ, ਔਲਾਦ ਪਿੱਛੇ ਪੁੱਤਰਾਂ ਪਿੱਛੇ, ਤੇ ਪੁੱਤਰ ਵੱਡਾ ਹੋ ਕੇ ਅੰਮਾ ਨੂੰ ਪੁੱਛੇ ਹੀ ਨਾ, ਪੁੱਤਰ ਜਵਾਨ ਹੋ ਕੇ ਪਿਓ ਨੂੰ ਪੁੱਛ੿ਆ ਹੀ ਨਾ, ਆਖਿਓ ਦੂਸਰੇ ਬੇਕਰਨ ਅਸੀਂ ਮੈਂ ਕੀ ਕਰਨਾ। ਕੁਰਾਨ ਕੀ ਕਹਿ ਰਿਹਾ, ਕੁਰਾਨ ਕਹਿ ਰਿਹਾ ਉਫ ਵਲਾ ਤਨਹਰਹੁਮਾ ਵਕੁਲਹੁਮਾ ਕੌਲਨ ਕਰੀਮਾ, ਫਰਮਾਇਆ ਮਾਂ ਪਿਓ ਦੇ ਸਾਹਮਣੇ ਉਫ ਵੀ ਨਾ ਕਰੀ, ਤੇ ਮੈਂ ਤੁਹਾਡੇ ਪਿੰਡ ਚ ਐਸੇ ਵਿਖਾਨਾ ਜਿਹੜੇ ਅੱਬੇ ਨੂੰ ਗਰੀਬਾਂ ਤੋਂ ਫੜਿਆ ਹੋਇਆ, ਜਿਹਨਾਂ ਆਖਿਆ ਬਹਿਦਰ ਆਹ ਤੈਨੂੰ ਮੈਂ ਬਾਹਰ ਆਹ ਤੈਨੂੰ ਮੈਂ ਵੇਖ ਨਹੀਂ ਲੈਂਦਾ, ਕਿੱਧਰ ਗਈਆਂ ਉਹਨਾਂ ਦੀਆਂ ਚਦਰਾਵਾਂ ਤੇ ਕਿੱਧਰ ਗਈਆਂ ਉਹਨਾਂ ਦੀਆਂ ਨਮਾਜ਼ਾਂ। ਬਾਬਾ ਜੀ ਤੁਸੀਂ ਫੈਸਲਾ ਕਰੋ, ਭਰਿਆ ਪੰਚਾਇਤ ਦੇ ਬੰਦੇ ਬੈਠੇ, ਪੱਗ ਬੰਨ ਬੰਦੇ ਬੈਠੇ, ਜਿਹੜਾ ਮਾਂ ਪਿਓ ਦਾ ਸਨਮਾਨ ਹੈ ਕਿਬਲਾ ਸਾਹਮਣੇ ਬੈਠੇ ਉਹਦੀ ਨਮਾਜ਼ ਕਬੂਲ ਹੈ? ਕਿਬਲਾ ਤੁਸੀਂ ਜ਼ਰਾ ਦੱਸੋ, ਜਿਹੜਾ ਮਾਂ ਪਿਓ ਦਾ ਬੇਅਦਬ ਉਹਦੀ ਨਮਾਜ਼ ਕਬੂਲ ਹੈ? ਉਹਦਾ ਹੱਜ ਕਬੂਲ ਹੈ? ਅਗਲੇ ਦਿਨ ਹਾਜੀ ਨੂੰ ਆਖ ਲਗਾ ਅਲਹਮਦੁਲਿਲਾ 12 ਹੱਜ ਕੀਤੇ ਨੇ, ਤੇ ਮੈਂ ਕਿਹਾ ਮਾਂ ਬਾ, ਆਂਦਾ ਉਹ ਛੋਟੇ ਵਾਲ ਹੁੰਦੇ ਨੇ, ਤੇ ਮੈਂ ਕਿਹਾ ਤੁਸੀਂ, ਆਂਦਾ ਮਾਂ ਬਾ ਮੇਰੇ ਵੱਲ ਆਉਂਦੇ ਹੀ ਨਹੀਂ, ਮੈਂ ਕਿਹਾ ਤੁਸੀਂ ਕਦੀ ਲਿਆਉਂਦਾ ਹੀ ਨਹੀਂ, ਤਵੱਜੋ ਨਹੀਂ ਕੀਤੀ, ਮਿਹਰਬਾਨੀ ਕਰੋ ਆ ਵੀਡੀਓ ਬਣ ਰਹੀ ਪੂਰੀ ਦੁਨੀਆ ਤੱਕ ਜਾਣੀ, ਤੁਸੀਂ ਕਦੀ ਲਿਆਉਂਦਾ ਹੀ ਨਹੀਂ। ਬਾਬਾ ਜੀ ਜੇ ਐਵੇਂ ਨਹੀਂ ਮਾਂ ਪਿਓ ਉਸ ਪੁੱਤਰ ਨਾਲ ਰਹਿੰਦਾ, ਉਹਨੂੰ ਪਤਾ ਹੁੰਦਾ ਵੀ ਆ ਪੁੱਤਰ ਸਾਨੂੰ ਸਾਂਭੇਗਾ, ਗੁੱਸਾ ਤਾਂ ਨਹੀਂ ਕਰਕੇ ਉਹ ਦੱਸੋ ਯਾਰ ਕਰ ਵੀ ਲਵੋਗੇ ਤੇ ਮੈਂ ਤਾਂ ਸੱਚੀ ਕਰਨੀ, ਮੈਨੂੰ ਨਾ ਗੁੱਸਾ ਦਿਓ ਹਜ਼ਾਰਾਂ ਦੁਨੀਆ, ਲੇਕਿਨ ਗੱਲ ਮੈਂ ਹਕੀਕਤ ਬਿਆਨ ਤਾਂ ਕਰਨਾ, ਆਪਣੀ ਬੀਵੀ ਨੂੰ ਉਹਦੀ ਜਗ੍ਹਾ 'ਤੇ ਰੱਖ, ਮਾਂ ਪਿਓ ਨੂੰ ਆਪਣੀ ਜਗ੍ਹਾ 'ਤੇ ਰੱਖ, ਤੇ ਜਿੱਥੇ ਮਾਂ ਪਿਓ ਸੋਹਣਾ ਲੱਗਦਾ ਉੱਥੇ ਬੁੱਢੀ ਨਹੀਂ ਸੋਹਣੀ ਲੱਗਦੀ। ਜੀ ਮੈਂ ਲਾਲ ਐਲਾਨ ਪਿਆਂਦਾ, ਜੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਮਾਂ ਪਿਓ ਨੂੰ ਅੱਗੇ ਰੱਖ, ਕਿਸੇ ਦੀ ਸ਼ਾਦੀ ਹੈ ਆਪਣੇ ਅੱਬੇ ਦੇ ਚੰਗੇ ਕੱਪੜੇ ਪਵਾ ਕੇ ਪੱਗ ਬੰਨ ਕੇ ਭੇਜ, ਲੋਕਾਂ ਨੂੰ ਪਤਾ ਲੱਗਿਆ ਵੀ ਚੌਧਰੀਆਂ ਦਾ ਚੌਧਰੀ ਪੁੱਤਰਾਂ ਦਾ ਪਿਓ ਆ ਗਿਆ, ਐ ਨਹੀਂ ਵੀ ਜੁੱਤੀ ਉਹਦੀ ਟੁੱਟੀ ਹੈ, ਕੱਪੜੇ ਉਹਦੇ ਉਹੀ ਤਹਿਮਤ ਉਹਦਾ ਉਹੀ ਵੱਟੋ ਵੱਟ ਹੋਇਆ, ਤੇ ਨੂੰਹ ਨੇ ਆਖਿਆ ਬਾਬਾ ਮੇਰੇ ਕੋਲ ਇਸਤਰੀ ਹੁੰਦਾ ਐਂ ਜੀ ਪਾ ਕੇ ਟੁੱਟ ਜਾ, ਤੂੰ ਕਿਹੜਾ ਕਿਸੇ ਨੂੰ ਵਿਖਾਣਾ, ਇੱਜ਼ਤ ਹੁੰਦੀ ਹੈ ਪੁੱਤਰਾਂ ਦੀ, ਸ਼ਰੀਕੇ ਬਰਾਦਰੀ ਚ ਨਾਂ ਨਿਕਲਦਾ ਪੁੱਤਰਾਂ ਦਾ ਜਿਹਨਾਂ ਦੇ ਪਿਓ ਦੇ ਕੱਪੜੇ ਚੰਗੇ ਹੋਣ, ਜਿਹਨਾਂ ਦੇ ਪਿਓ ਦੀ ਜੁੱਤੀ ਚੰਗੀ ਹੋਵੇ, ਅੱਲ ਐਲਾਨ ਗੱਲ ਮੁਕਾ ਛੱਡੀ, ਜਿਹਨਾਂ ਮਾਂ ਪਿਓ ਦੀ ਖਿਦਮਤ ਕੀਤੀ ਹੈ ਅੱਲਾ ਵੀ ਉਹਨਾਂ ਤੇ ਰਾਜ਼ੀ ਹੈ ਤੇ ਹਸਨੈਨ ਦਾ ਨਾਨਾ ਵੀ ਉਹਨਾਂ ਤੇ। ਆਖਰੀ ਵਾਰੀ ਮੇਰੇ ਨਾਲ ਸ਼ੇਰ ਪੜੋ ਤੇ ਮੈਂ ਤਕਰੀਰ ਛੱਡਾਂ, ਰੱਬੇ ਕਾਬਾ ਦੀ ਕਸਮ ਸਾਰੀ ਦੁਨੀਆ ਵੀ ਨਾਰਾਜ਼ ਹੋ ਜਾਏ, ਮਾਂ ਪਿਓ ਨਾ ਨਾਰਾਜ਼ ਕਰੇ, ਜੇ ਆਪਾਂ ਨਾਰਾਜ਼ ਹੋ ਜੂਗੀ ਜਾਏ ਨਾ ਜੱਫਾ ਮਾਰ ਲਿਆ ਕਿ ਅੱਬਾ ਮੈਂ ਮਾਫੀ ਮੰਗਣਾ, ਤੇਰਾ ਅੱਬਾ ਰਾਜ਼ੀ ਹੋ ਜਾਏਗਾ, ਕਸਮ ਖੁਦਾ ਦੀ ਤੇਰੇ ਨਾਲ ਕੋਈ ਗੱਲ ਨਹੀਂ ਕਰੇਗਾ, ਰਾਜ਼ੀ ਹੋ ਜਾਏਗਾ, ਤੇਰਾ ਮੱਥਾ ਚੁੰਮੇਗਾ, ਕਹੇਗਾ ਕੋਈ ਗੱਲ ਨਹੀਂ। ਹਲਲ ਐਲਾਨ ਆਖਰੀ ਮਿਸਰੇ ਪੜ ਕੇ ਸੁਲਤਾਨੀ ਮਹਿਫਲ ਮੁਕਾਨ ਲਗਾਏ, ਹਲਲ ਐਲਾਨ ਜੁਮਲੇ ਦੇ ਰਿਹਾ ਮੈਂ, ਅੱਲਾ ਦਾ ਕੁਰਾਨ ਕਹਿ ਰਿਹਾ ਏ ਵਬਿਲ ਵਾਲਿਦੈਨ ਨੀ ਇਹਸਾਨਾ, ਹੱਥ ਬੁਲੰਦ ਕਰਕੇ ਗੌਰੀ ਬੋਲ ਸੁਭਾਨ ਅੱਲਾਹ, ਅੱਲਾ ਦਾ ਕੁਰਾਨ ਕਹਿ ਰਿਹਾ ਏ ਰੱਬਿਰ ਹਮ ਹਮਾ ਕਮਾ ਰੱਬਾ ਯਾਨੀ ਸਗੀਰਾ, ਰੱਬਾ ਨਗ ਫਿਰ ਲੀ ਵਾਲੀ ਵਾਲੀ ਦਈਆ, ਫਿਰ ਮੈਨੂੰ ਇੱਥੇ ਕਹਿਣਾ ਪੈਣਾ ਏ ਜਿਹਨੇ ਮਾਂ ਨੂੰ ਸਤਾਇਆ, ਆਖਰੀ ਵਾਰੀ ਪੜੋ ਤੇ ਛੱਡੀਏ, ਜਿਹਨੇ ਮਾਂ ਨੂੰ ਸਤਾਇਆ ਹੇ ਦਿਲ ਪਿਓ ਦਾ ਦੁਖਾਇਆ, ਇਹਨਾਂ ਦੋਵਾਂ ਨੂੰ ਰੁਲਾਇਆ ਹੁਣ ਅਰਸ਼ ਹਿਲਾਇਆ, ਫਾੜ
ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ, ਇੱਧਰ ਵੇਖਿਓ ਜੇ, ਪੜ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ, ਫਰਮਾਨ ਵਖਰਾ ਸ਼ਾਨ ਸਭ ਦੀ ਯਾਰੋ ਆਪੋ ਆਪਣੀ ਤੇ ਮਾਪਿਆਂ ਦਾ ਸ਼ਾਨ ਵੱਖਰਾ, ਕੱਜ ਕੇ ਆਖ ਇੱਕ ਵਾਰੀ, ਮਾਪਿਆਂ ਦਾ ਸ਼ਾਨ ਵੱਖਰਾ ਵੱਖਰਾ, ਮਾਪਿਆਂ ਦਾ ਸ਼ਾਨ ਵੱਖਰਾ। ਅਗਲਾ ਮਿਸਰਾ ਸੁਣੀ, ਜਿੰਨਾ ਤੈਨੂੰ ਚੱਲਣਾ ਤੇ ਬੋਲਣਾ ਸਿਖਾਇਆ, ਹਾਏ ਹਾਏ ਹਾਏ, ਜਿੰਨਾ ਤੈਨੂੰ ਚੱਲਣਾ ਤੇ ਬੋਲਣਾ ਸਿਖਾਇਆ, ਫੁੱਲਾਂ ਵਾਂਗ ਜਿੰਨਾ ਤੈਨੂੰ ਗੋਦ ਖਿਡਾਇਆ, ਫੁੱਲਾਂ ਵਾਂਗ ਜਿੰਨਾ ਤੈਨੂੰ ਗੋਦ ਖਿਡਾਇਆ, ਧੁੱਪਾਂ ਵਿੱਚ ਠੰਡੀਏ ਛਾਂ ਬਣ ਜਾਂਦੇ ਨੇ, ਮੱਕੇ ਦੇ ਮਦੀਨੇ ਵਾਲੀ ਥਾਂ ਬਣ ਜਾਂਦੇ ਨੇ, ਸੁਭਾਨ ਅੱਲਾ, ਮੱਕੇ ਦੇ ਮਦੀਨੇ ਵਾਲੀ ਥਾਂ ਬਣ ਜਾਂਦੇ ਨੇ। ਇੱਥੇ ਸੁਣੀ, ਮੰਜਾ ਬੂਵੇ ਅੱਗੇ ਡਾਇਆ ਤੂੰ ਤੇ ਕਦਰ ਨਾ ਪਾਇਆ, ਅੱਜ ਨੂੰ ਆਉਂਦੀ ਏ ਸਹੁਰੇ ਦੀ ਮੰਜੀ ਬਾਹਰ ਕੱਢ ਦੇ, ਅੱਜ ਨੂੰ ਆਉਂਦੀ ਏ ਸੱਸ ਦੀ ਮੰਜੀ ਬਾਹਰ ਕੱਢ, ਮੇਰੇ ਕੋਲ ਇਹਨਾਂ ਦੇ ਬਿਸਤਰੇ ਧੋਤੇ ਨਹੀਂ ਜਾਂਦੇ, ਮੇਰੇ ਕੋਲ ਇਹਨਾਂ ਦੇ ਕੱਪੜੇ ਧੋਤੇ ਨਹੀਂ ਜਾਂਦੇ, ਹੈ ਮੇਰੀਆਂ ਮਾਵਾਂ ਭੈਣਾਂ ਬੈਠੀਆਂ ਨੇ ਹੱਥ ਬੰਨ ਕੇ ਸੁਲਤਾਨੀ ਕਹਿ ਰਿਹਾ ਏ, ਕਦੀ ਸਹੁਰੇ ਨੂੰ ਜ਼ਲੀਲ ਨਾ ਕਰਿਆ ਰੇ, ਕਦੀ ਸੱਸ ਨੂੰ ਜ਼ਲੀਲ ਨਾ ਕਰਿਆ ਰੇ, ਹੋਏ ਇਹਨਾਂ ਦੀ ਸੇਵਾ ਕਰ ਜਾ, ਅੱਲਾ ਤੈਨੂੰ ਰੰਗ ਲਾ ਛੱਡੇਗਾ, ਅੱਲਾ ਤੇਰੀ ਰਿਜ਼ਕ ਵਿੱਚ ਬਰਕਤ ਫਰਮਾ ਛੱਡੇਗਾ, ਹੋਏ ਮੰਜਾ ਬੋਵੇ ਅੱਗੇ ਡਾਇਆ ਤੂੰ ਤੇ ਕਦਰ ਨਾ ਪਾਇਆ, ਇਹੋ ਰਿਸ਼ੀ ਤੇ ਨੇ ਸੱਚੇ, ਇਹੋ ਰਿਸ਼ੀ ਤੇ ਨੇ ਸੱਚੇ, ਰੱਬ ਰਹਿਮਾਨ ਆਖਦਾ ਸ਼ਾਨ ਸਭ ਦੀ ਏ ਯਾਰੋ ਆਪੋ ਆਪਣੀ ਤੇ ਮਾਪਿਆਂ ਦਾ। ਲੈ ਜੀ ਖਤਮ ਦਾ ਸਮਾਨ ਜਿਹੜਾ ਲਿਆਉਣਾ ਜੀ, ਇੱਧਰ ਤਵੱਜੋ ਫਰਮਾਇਓ, ਮਾਂ ਬਾਪ ਦੀ ਖਿਦਮਤ, ਮਾਂ ਬਾਪ ਦੀ ਸੇਵਾ, ਮਾਂ ਬਾਪ ਦੀ ਕਿੱਚੀ ਬੋਲੋ, ਮਾਂ ਬਾਪ ਦੀ ਸੇਵਾ ਕਰ, ਸੇਵਾ ਤੇ ਖਾ, ਬਜ਼ੁਰਗ ਕਹਿੰਦੇ ਸਾਨੂੰ ਅੱਜ ਸਮਝ ਆਈ ਗੱਲ ਦੀ, ਕਰ ਸੇਵਾ ਤੇ ਖਾ, ਤੇ ਜਿਹਨੇ ਸੇਵਾ ਨਹੀਂ ਕੀਤੀ ਉਹਨੇ ਮੇਵਾ ਕਿੱਥੋਂ ਖਾਣਾ, ਜਿਹਨੇ ਗਾਲਾਂ ਕੱਢੀਆਂ ਨੇ ਆਪਣੀ ਸੱਸ ਨੂੰ ਤੇ ਆਪਣੇ ਸਹੁਰੇ ਨੂੰ, ਉਹਨੇ ਮੇਵਾ ਕਿੱਥੋਂ ਖਾਣਾ ਬਾਬਾ ਜੀ, ਉਹ ਹੀ ਨੂੰਹਾਂ ਮੇਵਾ ਖਾਂਦੀਆਂ ਨੇ ਜਿਹਨਾਂ ਉਹਨਾਂ ਦੇ ਕੱਪੜੇ ਧੋਤੇ ਨੇ, ਜਿਹਨਾਂ ਉਹਨਾਂ ਦੀਆਂ ਜੁੱਤੀਆਂ ਸਾਫ਼ ਕੀਤੀਆਂ ਨੇ, ਜਿਹਨਾਂ ਉਹਨਾਂ ਦੀ ਖਿਦਮਤ ਕੀਤੀ ਹੈ। ਇਸ ਵਾਸਤੇ ਬਾਬਾ ਜੀ ਅੱਲਾ ਦੀ ਪਾਕ ਬਾਰਗਾਹ ਦੇ ਅੰਦਰ ਦੁਆ ਗਾਵਾਂ, ਅੱਲਾ ਕਰੀਮ ਮੇਰਾ ਪੜ੍ਹਨਾ ਤੁਹਾਡਾ ਸੁਣਨਾ ਆਪਣੀ ਪਾਕ ਬਾਰਗਾਹ ਦੇ ਅੰਦਰ ਕਬੂਲ ਫਰਮਾਏ, ਅੱਲਾ ਜ਼ਹਰਾ ਪਾਕ ਦੇ ਪਾਕ ਬੱਚਿਆਂ ਦਾ ਸਦਕਾ, ਅੱਲਾ ਰਾਏ ਬਰਾਦਰਾਂ ਦੀ ਵਾਲਦਾ ਸਾਹਿਬ ਦੀ ਕਾਮਲ ਬਖਸ਼ਿਸ਼ੋ ਮਗਫਰਤ ਫਰਮਾਏ, ਜਿੰਨੇ ਤੁਸੀਂ ਅਸੀਂ ਆਏ ਅੱਲਾ ਸਾਹਿਬ ਦੀ ਬਖਸ਼ਿਸ਼ ਫਰਮਾਏ, ਆਮੀਨ ਵਮਾ ਅਲਈਆ ਇਲਲਲ ਬਲਾ ਮਦੀਮਾ।